ਹਾਂਜੀ, ਕਿੱਦਾਂ ਕੀ ਹਾਲ ਚਾਲ ਵੀਰੇ? ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗਿਆ ਆਪਣਾ ਅੱਜ ਦਾ ਵਲੌਗ। ਸੋ ਜੀ, ਟਾਈਮ ਜਿਹੜਾ ਹੋ ਚੁੱਕਿਆ 6 ਵੱਜ ਗਏ ਹੈਗੇ, ਅਤੇ ਰਾਤ ਜਿਹੜੀ ਆ ਸੁੱਖਾਂ ਦੀ ਬਤੀਤ ਹੋਈ ਆ, ਅਤੇ ਮਾਲਕ ਨੇ ਵਧੀਆ ਦਿਨ ਚੜ੍ਹਾਇਆ, ਸੋਹਣਾ ਦਿਨ ਦਿਖਾਇਆ ਹੈਗਾ, ਅਤੇ ਇਸ ਲਈ ਆਪਾਂ ਕਰਦੇ ਹਾਂ ਪਰਮਾਤਮਾ ਦਾ ਸ਼ੁਕਰੀਆ ਦਾ। ਅਤੇ ਬਾਕੀ ਬਈ ਤੁਸੀਂ ਮੈਨੂੰ ਲੱਗਦਾ ਘੈਂਟ ਹੋਵੋਗੇ, ਅਤੇ ਟਾਈਮ ਆ ਜਿਹੜਾ ਬਈ 6 ਵੱਜ ਗਏ ਹੈਗੇ, ਅਤੇ ਆਪਾਂ ਉੱਠ ਕੇ ਸੈਰ ਕਰਨ ਵਾਸਤੇ ਨਿਕਲ ਗਏ ਹੈਗੇ, ਕਿਉਂਕਿ ਜਿਹੜਾ ਉੱਠਣ ਸਾਰ ਪਹਿਲਾਂ ਕੰਮ ਹੁੰਦਾ ਨਾ, ਜੇ ਤਾਂ ਸਾਰੇ ਜਣੇ ਉੱਠੇ ਹੋਣ ਫਿਰ ਤਾਂ ਉੱਧਰ ਹੀ ਲੱਗ ਜਾਈਦਾ ਗਾ, ਸੈਰ ਆਪਾਂ ਮਗਰੋਂ ਕਰ ਲਈਦੀ ਹੈਗੀ। ਅਤੇ ਜੇ ਸਾਰੇ ਜਣੇ ਨਾ ਉੱਠੇ ਹੋਣ ਫਿਰ ਮੈਂ ਸੈਰ ਕਰਨ ਵਾਸਤੇ ਡੈਡੀ ਆਪਦਾ ਉੱਠ ਕੇ ਆਪਦਾ ਮਾੜਾ ਮੋਟਾ ਅਜੇ ਉਹਦੇ ਗੱਡੀ ਦੀਆਂ ਸੈਲਫਾਂ ਮਾਰਦੇ ਆ, ਮੰਮੀ ਨੂੰ ਠਾ ਕੇ ਆਏਗਾ, ਦਵਿੰਦਰ ਵੀ ਉੱਠਿਆ, ਦਵਿੰਦਰ ਨੂੰ ਕਿਹਾ ਡੈਡੀ ਜੀ ਚਾਹ ਬਣਾ ਦੇ, ਉਹ ਤੋਂ ਬਾਅਦ ਕੰਮ ਕਰਾਂ ਨੂੰ ਲੱਗ ਜਾਂਗੇ, ਕਿਉਂਕਿ ਤੁਹਾਨੂੰ ਪਤਾ ਬਈ ਯਾਰ ਥੋੜ੍ਹੇ ਆਪਣੇ ਮਾਂ ਪਿਓ ਵਾਲਾ ਬਜ਼ੁਰਗ ਹੋ ਗਏ ਉਹਨਾਂ ਨਾ, ਉਹਨਾਂ ਦਾ ਸਰੀਰ ਆ ਜਿਹੜੇ ਆਪਣੇ ਨੂੰ 10 ਮਿੰਟ ਲੇਟ ਬੰਨਦੇ ਆ, ਜਿੱਦਾਂ ਹੁਣ ਮੈਂ ਆਪਾਂ ਨੂੰ ਤਾਂ ਚਾਹ ਪਾਣੀ ਪੀਣ ਦੀ ਕੋਈ ਲੋੜ ਹੀ ਹੈ ਨਹੀਂ ਗੀ, ਸਿੱਧਾ ਉਹਦੇ ਅਖਰ ਨੂੰ ਉੱਠੀ ਦਾ ਸਿੱਧਾ ਸੈਲਫ ਦੇ ਹੱਥ ਹੁੰਦਾ, ਸੈਲਫ ਦੇ ਉਂਗਲ ਰੱਖੀ ਦੀ ਸਟਾਰਟ 'ਤੇ, ਚਲੋ ਵੀ ਉੱਠ ਕੇ ਤੁਰ ਜਾਈਦਾ ਗਾ, ਅਤੇ ਮੰਮੀ ਵਰਗਿਆਂ ਨੂੰ ਆ ਜਿਹੜਾ ਟਾਈਮ ਲੱਗਦਾ ਫਿਰ ਵੀ 10-20 ਮਿੰਟ ਹੌਲੀ ਹੌਲੀ ਆਪਦੇ ਪਾਰਟਾਂ ਨੂੰ ਜਿਹੜਾ ਰੈਲਾ ਕਰਨ 'ਤੇ। ਯਾਰ ਅੱਜ ਆ ਹੀ ਬੜੇ ਜਾਲੇ ਜਿਹੇ ਮਗਰ ਗਏ ਨੇ, ਅਤੇ ਕੱਲ੍ਹ ਬਈ ਮੀਂਹ ਆ ਗਿਆ ਸੀਗਾ, ਮਤਲਬ ਵਾਹਵਾ ਹੀ ਆਇਆ ਸੀਗਾ, ਅਤੇ ਜਿਹੜੇ ਆਪਣੇ ਰੋਟਾਵੇਟਰ ਮਾਰਿਆ ਸੀਗਾ ਉੱਥੇ ਉਹੀ ਕੰਮ ਕਰਤਾ ਜਿਹਦਾ ਡਰ ਸੀਗਾ। ਵੈਸੇ ਮੈਂ ਡੈਡੀ ਨੂੰ ਕਹੀ ਵੀ ਜਾਂਦਾ ਸੀਗਾ ਵੀ ਜੇ ਆਪਾਂ ਨਾ ਵੀ ਮਾਰ ਗਏ ਅੱਜ ਨਾ ਅੱਜ, ਇਹ ਕਹਿੰਦਾ ਨਹੀਂ ਨਹੀਂ ਵਾਹ ਕੇ ਤਾਂ ਰੱਖਦੇ, ਚੱਲ ਇਹ ਤਾਂ ਮਾੜਾ ਨਹੀਂ, ਅਤੇ ਆਪਾਂ ਫਿਰ ਉਹੀ ਗੱਲ ਰੋਟਾਵੇਟਰ ਮਰਵਾਤਾ ਸੀਗਾ ਕਿਉਂਕਿ ਇਹ ਤਾਂ ਮਾੜਾ ਨਹੀਂ ਹੁੰਦਾ ਹੈਗਾ ਨਾ, ਇਹ ਤਾਂ ਚੰਗਾ ਹੀ ਹੈਗਾ। ਸੋ ਹੁਣ ਚੱਲਦੇ ਹਾਂਗੇ, ਸੈਰ ਸਪਾਟੇ ਕਰਦੇ ਹਾਂਗੇ, ਉਹ ਤੋਂ ਬਾਅਦ ਘਰ ਚੱਲ ਕੇ ਕੰਮ ਕਾਰ ਕਰਾਂਗੇ। ਅੱਜ ਦਾ ਜਿਹੜਾ ਦਿਨ ਹੈ ਨਾ ਪੂਰੇ ਬਿਜ਼ੀ ਹੋਣ ਵਾਲਾ ਗਾ, ਤੁਹਾਨੂੰ ਦੱਸਦੇ ਹਾਂਗੇ ਕੀ ਸੀ ਸੋਚਿਆ ਅਤੇ ਕੀ ਹੋ ਗਿਆ। ਬਾਕੀ ਪਹਿਲਾਂ ਚਲੋ ਸੈਰ ਕਰ ਅੱਗੇ, ਉਹ ਸੂਏ ਤੱਕ ਜਾਇਆ ਅੱਗੇ, ਫਿਰ ਆਉਂਦੇ ਹੋਏ ਦੱਸਦੇ ਹਾਂ। ਸੈਰ ਕਰਕੇ ਆਪਾਂ ਫਿਰ ਆਪਣੇ ਉਸੇ ਪਹੀ 'ਤੇ ਆ ਗਏ ਹਾਂਗੇ, ਅਤੇ ਹੁਣ ਚੱਲਦੇ ਹਾਂ ਘਰੇ। ਕੰਮ ਅੱਜ ਦੇ ਆਏ ਹਾਂ ਬਈ, ਕੱਲ੍ਹ ਸ਼ਾਮਾਂ ਨੂੰ ਆਪਾਂ ਸਬਜ਼ੀ ਵੀ ਤੋੜਨੀ ਸੀਗੀ, ਪਰ ਚਲੋ ਥਾਣੇ ਜਾਣ ਕਰਕੇ ਨਾ ਸੋ ਰਹਿ ਗਈ ਹੈਗੀ, ਉਹ ਹੁਣ ਆਪਾਂ ਸਾਰੀਆਂ ਜਿਹੜੀਆਂ ਤੋੜਨੀਆਂ ਹੈਗੀਆਂ। ਬਾਕੀ ਅੱਜ ਆਪਾਂ ਜਾਣਾ ਸੀਗਾ ਦਵਿੰਦਰ ਦੇ ਨਾਨਕੇ ਨਾ 14 ਤਰੀਕ ਨੂੰ ਸ਼ਾਮ ਨੂੰ, ਕਿਉਂਕਿ ਕੱਲ੍ਹ ਨੂੰ 15 ਤਰੀਕ ਆ, 15 ਤਰੀਕ ਨੂੰ ਸਵੇਰੇ 7-8 ਵਜੇ ਹੈ ਨਾ ਉੱਥੇ ਬਈ ਹੈਗਾ ਗਾ ਨਾਨਕੀ ਆਪਣੇ ਸੁਖਮਨੀ ਸਾਹਿਬ ਦਾ ਪਾਠ ਹੈਗਾ, ਕਿਉਂਕਿ ਕੱਲ੍ਹ ਨੂੰ ਆਪਣੇ ਦਵਿੰਦਰ ਦੇ ਮਾਮਾ ਜੀ ਦੇ ਬੇਟੇ ਨੇ ਨਾ ਸੁਖਮਨ ਨੇ ਜਾਣਾ ਗਾ ਬਾਹਰ ਕਨੇਡਾ ਹੈ ਨਾ, ਸੋ ਉਹਦੇ ਕਰਕੇ ਅੱਜ ਜਾਣਾ ਸੀਗਾ। ਪਰ ਚਲੋ, ਪਰ ਦੇਖਦੇ ਹਾਂ ਕੀ ਮਾਹੌਲ ਸ਼ਾਹੌਲ ਬਣਦਾ ਗਾ, ਹਜੇ ਕਟਿੰਗ ਵਗੈਰਾ ਵੀ ਕਰਵਾਉਣੀ ਹੈਗੀ, ਮਤਲਬ ਅੱਜ ਦਾ ਦਿਨ ਪੂਰਾ ਬਿਜ਼ੀ ਰਹਿਣ ਵਾਲਾ, ਕਟਿੰਗ ਕਰਵਾਉਣੀ ਆ ਅਤੇ ਉੱਥੇ ਜਾਣਾ ਸੀਗਾ, ਉਹ ਹੁਣ ਵੇਹਣੇ ਹੈਗੇ ਕੀ ਬਣਦਾ ਗਾ, ਜਾਇਆ ਜਾਊਗਾ ਅੱਜ, ਜਾਇਆ ਜਾਊਗਾ ਕੱਲ੍ਹ ਨੂੰ, ਜਾਇਆ ਜਾਊਗਾ ਜਾਂ ਕੈਂਸਲ ਹੀ ਹੋ ਜੂਗਾ। ਅਤੇ ਇੱਕ ਆਪਣੀ ਗੱਡੀ ਲੈ ਕੇ ਆ ਕੇ ਕੰਪਨੀ ਦੇ ਵਿੱਚੋਂ ਕੋਈ ਕੰਮ ਨੂੰ ਨਹੀਂ ਲਾਈ ਵੀ ਉੱਥੇ, ਅਜੇ ਆਪਾਂ ਉੱਥੇ ਸਰਵੇਅਰ ਤੋਂ ਆਪਾਂ ਮਤਲਬ ਕਿ ਆਪਾਂ ਸਰਵਾ ਕਰਵਾਇਆ ਸੀਗਾ ਵੀ ਕਿੰਨੇ ਕੁ ਆਪਣਾ ਖਰਚਾ ਗਾ, ਕਿੰਨੇ ਕੁ ਪੈਸਿਆਂ ਦਾ, ਹਜੇ ਕੋਈ ਕੰਮ ਨਹੀਂ ਗਾ ਕਰਵਾਉਣਾ ਗਾ, ਕਿਉਂਕਿ ਜਿੰਨਾ ਚਿਰ ਆਪਣਾ ਜਿਹੜਾ ਮਸਲਾ ਉਹ ਸੁਲਝਦਾ ਨਹੀਂ ਗਾ ਨਾ ਵੀਰੇ। ਅਤੇ ਬਾਕੀ ਆਹ ਦੇਖੋ ਹੁਣ ਆਪਾਂ ਜਿੱਥੇ ਆਪਾਂ ਨੂੰ ਪਤਾ ਹੋਵੇ ਵੀ ਸਹੀ ਆ ਆਪਾਂ ਕੰਫਰਟੇਬਲ, ਆਪਾਂ ਉੱਥੇ ਵੀਡੀਓ ਸ਼ੂਟ ਕਰੀਦੀ ਆ, ਐਂ ਨਹੀਂ ਗਾ ਵੀ ਆਪਾਂ ਪੂਰੀ ਟ੍ਰੈਫਿਕ ਦੇ ਵਿੱਚ ਜਾਂਦੇ ਹਾਂ ਜਾਂ ਆਪਣੇ ਮੂਹਰੋਂ ਬੰਦੇ ਲੰਘੀ ਜਾਂਦੇ ਅਤੇ ਆਪਾਂ ਸ਼ੂਟ 'ਤੇ ਸ਼ੂਟ ਕਰੀ ਜਾਈਏ, ਹੈ ਨਾ, ਜਾਂ ਜਿੱਥੇ ਆਪਾਂ ਆਪਦੀ ਜਾਨ ਨੂੰ ਖਤਰੇ 'ਚ ਪਾ ਕੇ ਜਾਂ ਲੋਕਾਂ ਦੀ ਜਾਂ ਕਿਸੇ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਆਪਾਂ ਉੱਥੇ ਸ਼ੂਟ ਕਰਦੇ ਹੋਗੇ, ਇਹ ਬੇਕਾਰ ਜੇ ਬੇਬੁਨਿਆਦੀ ਜੇ ਹੈ ਨਾ ਗੱਲਾਂ ਬਾਤਾਂ ਹੁੰਦੀਆਂ ਹੈਗੀਆਂ। ਪਹਿਲਾਂ ਸਾਰਿਆਂ ਨੂੰ ਤੋਰੀਆਂ ਤੋੜ ਦਿਆਂਗੇ, ਉਹ ਬਾਅਦ ਦੇ ਵਿੱਚ ਸਬਜ਼ੀ ਮੰਡੀ ਵੇਚ ਕੇ ਉਹ ਤੋਂ ਬਾਅਦ ਵੇਹਣੇ, ਜੇ ਟਾਈਮ ਹੋਇਆ ਤਾਂ ਪਹਿਲਾਂ ਕਟਿੰਗ ਕਰਵਾ ਲਾਂਗੇ, ਜੇ ਨਾ ਟਾਈਮ ਹੋਇਆ ਤਾਂ ਪਹਿਲਾਂ ਗੱਡੀ ਲਿਆ ਕੇ ਥਾਣੇ ਲਾਉਣੀ ਹੈਗੀ, ਅਤੇ ਨਾਲੇ ਉੱਥੇ ਕਹਿਣਾ ਵੀ ਵੀਰੇ ਉਹਨਾਂ ਦਾ ਵੀ ਜਿਹੜਾ ਟਰੱਕ ਆ ਉਹ ਵੀ ਥਾਣੇ ਲਿਆ ਕੇ ਮੰਗਵਾਓ,
ਤੇ ਮੈਨੂੰ ਲੱਗਦਾ ਹੈਗਾ ਵੀ ਹੁਣ ਤਕਰੀਬਨ ਆਪਣੇ ਸਾਰੇ ਜਣੇ ਜਿਹੜੇ ਉੱਠ ਖੜੇ ਹੋਣਗੇ। ਉਹ ਦੇਖੋ ਧੂੰਏ ਵਾਲਾ ਯੰਤਰ ਆ ਜਿਹੜਾ ਚਲਾ ਤਾ ਡੈਡੀ ਨੇ, ਹੁਣ ਜਿਹੜਾ ਮੱਖਰ ਕਹੀਏ ਨਾ, ਸੋਰੀ ਮੱਛਰ ਅਤੇ ਮੱਖੀਆਂ ਆਉਣਗੀਆਂ ਸਾਰੀਆਂ ਉੱਡ ਜਾਣਗੀਆਂ। ਅਤੇ ਲਓ ਵੀ ਆਪਾਂ ਆਪਣਾ ਇਹਨੂੰ ਚੱਕ ਕੇ ਬਿੰਨੂ ਚੱਕ ਕੇ ਅਤੇ ਲੱਗ ਗਏ। ਫਿਰ ਪਹਿਲਾਂ ਗੂਹੇ ਸੁੱਟ ਦਿੰਦੇ ਹੈਗੇ, ਅੱਜ ਪੱਠੇ ਪੁੱਠੇ ਜਿਹੜੇ ਮਗਰੋਂ ਪਾਲਾਂਗੇ। ਧੂੰਏ ਜਿਹੇ 'ਚ ਨਜ਼ਾਰੇ ਨਾਲ ਖੜੀਆਂ ਰਹਿੰਦੀਆਂ ਹੈਗੀਆਂ। ਇੱਧਰੋਂ ਰੋਕੀ ਆਪਣਾ ਆ ਪਿਆ ਜੀ, ਇਹ ਸਾਡੇ ਕਹਿੰਦੇ ਇਹਨੂੰ ਇਨੂੰ, ਮੈਨੂੰ ਲੱਗਦਾ ਕਈਆਂ ਥਾਵਾਂ 'ਤੇ ਇਹਨੂੰ ਬਿੰਨੂ ਵੀ ਕਹਿ ਜਾਂਦੇ ਆ, ਕਈਆਂ ਥਾਵਾਂ 'ਤੇ ਕਹਿੰਦੇ ਆ ਛਿੱਬੂ। ਅਤੇ ਬਾਕੀ ਤੁਸੀਂ ਦੱਸੋ ਤੁਹਾਡੇ ਏਰੀਏ ਦੇ ਵਿੱਚ ਇਹਨੂੰ ਇਨੂੰ ਕਹਿੰਦੇ, ਬਿੰਨੂ ਕਹਿੰਦੇ, ਕੀ ਕਹਿੰਦੇ ਆ, ਨਹੀਂ ਕਹਿੰਦੇ ਹੈਗੇ, ਜ਼ਰੂਰ ਦੱਸਿਓ। ਇਹਨੂੰ ਸਿਰ 'ਤੇ ਰੱਖ ਕੇ ਉੱਤੇ ਟੋਕਰਾ ਚੱਕਿਆ ਜਾਂਦਾ ਹੈਗਾ। ਅਤੇ ਲਓ ਵੀ ਬਾਕੀ ਹੁਣ ਰੱਖੀਏ ਫੋਨ ਨੂੰ ਅਤੇ ਕਰੀਏ ਡੈਡੀ ਦੀ ਚਾਹ ਬਣ ਕੇ ਆ ਗਈ ਹੈਗੀ। ਇਹਦਾ ਮਤਲਬ ਆ ਵੀ ਦਵਿੰਦਰ ਨੇ ਵੀ ਉੱਠ ਕੇ ਕੰਮ ਆਪਦਾ ਕਰ ਲਿਆ, ਮੰਮੀ ਵੀ ਉੱਠਦੀ ਹੈ, ਪੀਤੇ ਨੂੰ ਬਿਠਾਉਣੇ ਹੈਗੇ। ਕਿਉਂਕਿ ਫਿਰ ਆਇਆ ਜੇ ਅੱਜ ਸਾਰੀਆਂ ਤੋਰੀਆਂ ਤੋੜ ਦਿੰਦੇ ਜਿੰਨੀਆਂ ਵੀ ਹੋਣਗੀਆਂ, 20-25-30 ਕਿਲੋ ਜਿੰਨੀਆਂ ਵੀ ਹੋਊਗੀਆਂ ਨਾ। ਅਤੇ ਹੋ ਸਕਦਾ ਅੱਜ ਟਾਈਮ ਨਾ ਲੱਗੇ ਸ਼ਾਮਾਂ ਨੂੰ ਜਾਂ ਕੱਲ੍ਹ ਨੂੰ ਟਾਈਮ ਨਾ ਲੱਗੇ। ਹੈ ਕਿੱਦਾਂ? ਹਾਂਜੀ ਉੱਠ ਖੜੇ, ਗੁੱਡ ਮਾਰਨਿੰਗ। ਅੱਜ ਨਹੀਂ ਜਾਣਾ ਸ਼ਹਿਰ 'ਤੇ? ਚੱਲ ਕੋਈ ਨਾ। ਲੋਕ ਡੈਡੀ ਵਰਗੇ ਅਜੇ ਫੋਨ ਫਾਨ ਚਲਾ ਰਹੇ ਆ ਅਤੇ ਆਪਾਂ ਜਿਹੜਾ ਪਸ਼ੂਆਂ ਡੰਗਰਾਂ ਕੰਮ ਕਾਰ ਨਿਬੇੜਤਾ, ਇੱਕ ਪਾਰਸਲ ਆ ਵੀਰਪਾਲ ਦਾ, ਉਹ ਫੜਾ ਕੇ ਆਉਣਾ, ਉਹ ਥੋੜ੍ਹਾ ਜਿਹਾ ਜ਼ਰੂਰੀ ਸੀਗਾ। ਮੈਂ ਤੁਹਾਨੂੰ ਕਿਹਾ ਮੈਂ ਕੋਈ ਨਹੀਂ ਬਾਅਦ 'ਚ ਫੜਾਇਆ ਜਾਊਗਾ, ਕਹਿੰਦੇ ਨਹੀਂ ਅਗਲਿਆਂ ਨੂੰ ਚਾਹੀਦਾ ਕਿ ਫੰਕਸ਼ਨ ਆ ਨਾ, ਉਹਦੇ ਕਰਕੇ ਇਹ ਫੜਾ ਕੇ ਅੱਗੇ ਉਹ ਤੋਂ ਬਾਅਦ ਲੱਗਾ ਤੋਰੀਆਂ ਤੋੜਨਾ। ਪਾਰਸਲ ਆਪਾਂ ਫੜਾ ਕੇ ਆ ਗਏ ਹਾਂਗੇ, ਵੱਡਾ ਕੌਲਾ ਜਿਹੜਾ ਅਜੇ ਤਾਂ ਭਾਦੋਂ ਚੜ੍ਹੀ ਨਹੀਂ, ਅੱਜ ਹੀ ਨਾ ਭਾਦੋਂ ਵਾਲੀ ਜਿਹੜੀ ਗਰਮੈਸ਼ ਜੀ ਆਉਣ ਲੱਗ ਗਈ। ਆਪਾਂ ਕਹਿ ਜਾਂਦੇ ਸਾਉਣ 'ਚ ਬਾਹਲੀ ਗਰਮੀ ਹੈ, ਸਾਉਣ 'ਚ ਬਾਹਲੀ ਗਰਮੀ ਹੈ, ਪਰ ਮੈਨੂੰ ਲੱਗਦਾ ਭਾਦੋਂ ਜਿੱਦੂ ਜ਼ਿਆਦਾ ਚਿੱਪ ਕੱਢੇ ਜਾਣੇ ਆ। ਅਤੇ ਉੱਧਰ ਆਪਣੇ ਕੱਛੂ ਰਾਮ ਹੁਣੇ ਉੱਠ ਖੜੇ, ਭੂਆ ਨਾਲ ਉਹਦੀ ਨਾਲ ਇੰਜੋਏ ਕਰ ਰਹੇ ਆ ਆਪਣੀ ਸਵੇਰ ਦੀ ਜਿਹੜੀ ਆ ਗੁੱਡ 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 ਮਾਰਨਿੰਗ। ਅਤੇ ਭੂਆ ਜੀ ਵੀ ਫਿਰ ਕਹਿੰਦੇ ਅੱਜ ਸਵੇਰ ਦੀ ਗੁੱਡ ਗੁੱਡ ਮਾਰਨਿੰਗ ਆ ਜਿਹੜੀ, ਕਹਿੰਦੇ ਹੁਣੇ ਇੰਜੋਏ ਕਰਨ ਜਾਣਗੇ ਧੋਰੀਆਂ ਵਾਲੇ ਵਾਹਨ ਦੇ ਵਿੱਚ ਨਾਲ ਕੱਛੂ ਨੂੰ ਵੀ। ਸਾਡਾ ਕੱਛੂ ਜਦੋਂ ਹੋ ਗਿਆ ਨਾ ਤੁਰਨ ਨਾਲ ਆਪਣਾ ਤਾਜਵਤ ਨੂੰ, ਅਤੇ ਉਹ ਤੋਂ ਬਾਅਦ ਆਪਾਂ ਇਹਨੂੰ ਕਹਿ ਕਰਾਂਗੇ ਤਾਜੂ ਪਾਣੀ ਲੈ ਕੇ ਆਈ। ਅਤੇ ਤਾਜੂ ਨੇ ਫਿਰ ਬੋਤਲ ਜੀ ਘੜੀਸਦੀ ਆਇਆ ਕਰਨਾ ਗਾ। ਜਿਵੇਂ ਇੱਕ ਸਾਡਾ ਬੇਲੀ ਸੀਗਾ ਅਮਰਗੜ੍ਹ ਦਾ, ਉਹ ਲੜ ਪਿਆ ਕਿਸੇ ਨਾਲ ਅਤੇ ਉਹ ਸੀ ਵਿਚਾਰਾ ਬਾਹਲਾ ਨਰਮ, ਅਤੇ ਉਹਨੇ ਚੱਕ ਲਈ ਉਹ ਫੱਟੀ ਨਹੀਂ ਹੁੰਦੀ ਜਿਹੜੀ ਆਪਣੇ ਟਰੈਕਟਰ ਦੇ ਮਗਰ ਪਾਉਂਦੇ ਆਪਾਂ ਲਿੰਕਾਂ ਦੇ ਵਿੱਚ, ਉਹ ਭਾਰੀ ਬਾਹਲੀ ਸੀਗੀ, ਉਹ ਤੋਂ ਚੱਕੀ ਤਾਂ ਗਈ ਨਹੀਂ, ਉਹ ਵਿਚਾਰਾ ਘੜੀਸਦਾ ਆਵੇ ਅਤੇ ਨਾਲੇ ਗਾਲਾਂ ਕੱਢਦਾ, ਖੜ ਜਾਓ ਤੁਹਾਨੂੰ ਮੈਂ ਕਰਦਾ, ਖੜ ਜਾਓ ਤੁਹਾਨੂੰ ਐਂ ਕਰਦਾ, ਵੀ ਫੱਟੀ ਦੇਰ ਤੋਂ ਚੱਕੀ ਨਹੀਂ ਦੇ ਉਹਨੂੰ ਕਰਦੇ, ਉਹ ਗੱਲ ਤਾਜੂ ਦੀ ਹੋਇਆ ਕਰਨੀ ਆ। ਤਾਜੂ ਨੂੰ ਪਾਣੀ ਵਾਲੀ ਬੋਤਲ ਲੈ ਕੇ ਘੜੀਸਦੀ ਨਹੀਂ ਆਇਆ ਕਰਨਾ, ਉਹ ਯਾਰ ਡੈਡੀ ਤੁਸੀਂ ਆਪ ਲੈ ਜਾ ਕਰੋ ਨਾ, ਮੈਨੂੰ ਕਾਹਤੋਂ ਦੁਖੀ ਕਰਦੇ ਹੋ, ਦਾਦੂ ਲੈ ਜਾ ਕਰੋ ਗਾ, ਦੰਦ ਕੱਢੀ ਜਾਂਦੀ ਆ ਬਈ ਹੁਣ ਗੱਲਾਂ ਸੁਣ ਸੁਣ ਕੇ। ਚਲੋ ਫਿਰ ਦੀਦੀ ਜੀ ਆ ਜਾਓ, ਪਹੁੰਚੋ ਆ ਜਾਓ ਖੇਡ ਗਰਾਊਂਡ ਦੇ ਵਿੱਚ, ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਅੱਜ ਉੱਥੇ। ਹਾਂ ਤੁਹਾਨੂੰ ਉਹੀ ਗੱਲ, ਹਿਸਾਬ ਕਿਤਾਬ ਦਾ ਪਤਾ ਨਹੀਂ ਲਓ ਵੀ ਕੱਛੂ ਆਪਣਾ ਤਾਜਵਤ ਨੂੰ ਖੇਡੀ ਆ, ਉਹ ਆਹ ਕਿਵੇਂ ਕਰੀ ਜਾਂਦੀ ਆ ਮੂੰਹ 'ਚ ਜਿਵੇਂ ਦਾਣੇ 'ਚ ਪਾਏ ਜਾਂਦੇ ਮੂੰਹ 'ਚ, ਇਹਦੇ ਨਾਲ ਵਧੀਆ ਖੇਡੀ ਜਾਂਦੀ ਆ, ਫਿਰ ਮੂੰਹ 'ਚ ਹੱਥ ਨਹੀਂ ਪਾਉਂਦੀ। ਹਾਂ ਉਹ ਚਿੱਟੀ ਚੇਪੀ ਕਿੱਥੇ ਚੌੜੀ ਜੀ? ਅਤੇ ਲਓ ਵੀ ਆਪਣੇ ਦੋ ਕਰੇਟ ਆ ਜਿਹੜੇ ਬਣ ਗਏ ਹੈਗੇ, ਤੋਰੀਆਂ ਤੋੜ ਕੇ ਹੁਣ ਹਟੇ ਹੈਗੇ, 9 ਵੱਜ ਗਏ ਹੈਗੇ। ਹੁਣ ਆਪਾਂ ਚੱਲਦੇ ਹਾਂ ਮੰਡੀ, ਸਾਰਿਆਂ ਨੂੰ ਪਹਿਲਾਂ ਆਪਣੀਆਂ ਜਿਹੜੀਆਂ ਤੋਰੀਆਂ ਜੋਕ ਕੇ ਇਹਨੂੰ ਰੱਖਦੇ ਹੈਗੇ, ਇਹ ਤੋਂ ਬਾਅਦ ਆਪਾਂ ਵੇਹਣੇ ਹੈਗੇ, ਕਟਿੰਗ ਵਾਲੇ ਕੋਲ ਟਾਈਮ ਹੋਇਆ ਕਟਿੰਗ ਕਰਾਵਾਂਗੇ, ਨਹੀਂ ਤਾਂ ਏਜੰਸੀ 'ਚ ਜਾਵਾਂਗੇ, ਗੱਡੀ 'ਚ ਆ ਕੇ ਲਿਆਵਾਂਗੇ, ਥਾਣੇ ਲਾ ਕੇ ਆਵਾਂਗੇ, ਅਤੇ ਉਹਨਾਂ ਨੂੰ ਵੀ ਕਹਾਂਗੇ ਉਹਨਾਂ ਦਾ ਵੀ ਟਰਾਲਾ ਗਾ ਜਿਹੜਾ ਲਿਆ ਕੇ ਮੰਗਵਾ ਕੇ ਇੱਥੇ ਲਵਾਓ। ਇੱਕ ਪਤਾ ਪੋਜ਼ਿਟਿਵ ਚੀਜ਼ ਹੁੰਦੀ ਹੈਗੀ, ਆਪਾਂ ਫੋਟੋਆਂ ਖਿੱਚ ਲਈਆਂ ਨਾਲ ਦੀਆਂ ਟਰਾਲੇ ਦੀਆਂ, ਗੱਡੀ ਦੀਆਂ, ਬੰਦੇ ਦੀਆਂ ਨਾ, ਉਹਦੇ ਨਾਲ ਨਾ ਬੰਦਾ ਬਦਲਦਾ ਨਹੀਂ ਗਾ। ਹੋ ਸਕਦਾ ਜੇ ਆਪਾਂ ਗੱਡੀ ਦੀਆਂ ਫੋਟੋਆਂ ਨਾ ਖਿੱਚੀਆਂ ਹੁੰਦੀਆਂ, ਨੰਬਰ ਆਪਣੇ ਕੋਲ ਨਾ ਹੁੰਦਾ, ਅਤੇ ਉਹ ਆਪਦੀ ਗੱਡੀ ਹੋਰ ਪਵਾ ਦਿੰਦੇ ਵੀ ਸਾਡੀ ਤਾਂ ਆਹ ਗੱਡੀ ਹੈਣੀ ਸੀ, ਸਾਡੀ ਤਾਂ ਆਹ ਨੰਬਰ ਗੱਡੀ, ਜਿਹਦੇ ਸਾਰੇ ਪੇਪਰ ਪੂਰੇ ਹੋਣ। ਪਰ ਹੁਣ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਸਹੀ ਹੋਇਆਗਾ, ਅਤੇ ਚੱਲ ਗਏ ਫਿਰ ਪਹਿਲਾਂ ਆਪਦੇ ਕੰਮ ਕਾਰ ਮੰਡੀ ਵਾਲੇ ਨਿਬੇੜ ਕੇ, ਫਿਰ ਅੱਗੇ ਚੱਲਾਂ। ਜੈਂਕੀ ਦੇ ਫੋਨ ਆਇਆ ਸੀਗਾ, ਕਹਿੰਦਾ ਮੇਰੇ ਕੋਲ ਆ ਕੇ ਜਾਈ, ਮੈਂ ਆਉਣਾ ਵੀ ਤੇਰੇ ਕੋਲ ਆਉਣਾ, ਆਪਾਂ ਗੱਡੀ ਜਾ ਕੇ ਲਿਆਉਣੀ ਹੈਗੀ ਏਜੰਸੀ 'ਚੋਂ। ਲੋਕ ਫਿਰ
ਕਟਿੰਗ ਆਪਾਂ ਕਰਵਾ ਲਈ ਹੈਗੀ, ਹੁਣ ਚੱਲਦੇ ਹਾਂ ਇੱਕ ਵਾਰੀ ਘਰੇ ਅਤੇ ਉਹ ਆਪਾਂ ਗੱਡੀ ਲਿਆਉਣ ਬਾਰੇ ਪੁੱਛਿਆ ਸੀਗਾ ਉਹ ਏਜੰਸੀ ਵਾਲੇ, ਕਹਿੰਦੇ ਹਜੇ ਵੀਰੇ ਤੁਹਾਨੂੰ ਫੋਨ ਕਰਾਂਗੇ ਉਦੋਂ ਆ ਜਾਓ ਤੁਹਾਨੂੰ ਘੰਟੇ ਦੋ ਘੰਟੇ ਤੱਕ, ਕਿਉਂਕਿ ਅੱਜ ਕੱਲ੍ਹ ਨੂੰ 15 ਅਗਸਤ ਕਰਕੇ ਨਾ ਅੱਜ ਉਹਨਾਂ ਨੇ ਕਿਤੇ ਨਾ ਕਿਤੇ ਆਪਦੇ ਕੋਈ ਲਾਉਂਦੇ ਰਹਿੰਦੇ ਹੈ ਨਾ ਰੋਡ ਰਾਡ 'ਚ ਉਹ ਜੇ ਲਟਨ ਪਟਨ, ਉਹਦੇ ਕਰਕੇ ਉਹ ਕਹਿੰਦੇ ਅਸੀਂ ਜਦੋਂ ਏਜੰਸੀ ਆ ਗਏ ਉਦੋਂ ਲੈ ਜਾਓ। ਮੈਂ ਕਿਹਾ ਚਲੋ ਉਹਨਾਂ ਚਿਰ ਵਿਹਲੇ ਕੀ ਕਰਦੇ ਹਾਂ ਬਈ, ਆਪਾਂ ਕਟਿੰਗ ਹੀ ਕਰਵਾ ਲਈਏ, ਭਾਰ ਜਿਹਾ ਹੌਲਾ ਹੋ ਗਿਆ, ਐਂ ਲੱਗਣ ਲੱਗ ਗਿਆ ਮੇਰਾ ਭਾਰ ਹੀ ਘੱਟ ਗਿਆ ਹੁੰਦਾ 2-3 ਕਿਲੋ। ਤੋਂ ਚੱਲਦੇ ਹਾਂ ਘਰੇ, ਚੱਲ ਕੇ ਰੋਟੀ ਪਾਣੀ ਛੱਕਦੇ ਹਾਂ ਅਤੇ ਨਾਲ ਰੇਟ ਪੁੱਛ ਲਈ ਕਿਹਦੇ ਕੋਲ ਉਹ ਲੈ ਜਾਵਾਂਗੇ। ਚੱਲ ਗਏ ਬਾਹਰ। ਹਾਂਜੀ ਕੀ ਹਾਲ ਚਾਲ ਫੌਜੀ ਸਾਹਿਬ, ਆ ਜਾਓ। ਕਿੱਧਰੋਂ ਆਏ ਫੌਜੀ ਸਾਹਿਬ ਤੁਸੀਂ? ਇੱਧਰ ਫੌਜੀ ਸਾਹਿਬ ਤੁਰੇ ਫਿਰਦੇ ਆ, ਨਿਗਾਹ ਜਿਹਾ ਫੌਜੀ। ਹਾਂ ਹੈ, ਸਲੂਟ ਕਿਵੇਂ ਮਾਰਨਾ ਹੁੰਦਾ ਜਪਨੂਰ? ਸਲੂਟ ਸਲੂਟ ਐ ਮਾਰ। ਹਾਂ ਪੂਰੇ, ਮੈਂ ਕਿਹਾ ਫੌਜੀ ਬਣਾਇਆ ਪਿਆ ਗਾ। ਕਿਹੜੀ ਫੋਰਸ ਆ ਇਹ? ਕਿਹੜੀ ਫੋਰਸ ਆ? ਬਾਰਡਰ ਸਕਿਉਰਿਟੀ ਫੋਰਸ, BSF ਵਾਲੇ ਫਿਰਦੇ ਨੌਜਵਾਨ, ਕਹਿੰਦੇ ਅੱਜ 15 ਅਗਸਤ ਕਰਕੇ ਆਇਆ ਹੋਣਾ ਮੁੰਡਾ ਸਕੂਲ 'ਚ ਕੋਈ ਫੰਕਸ਼ਨ ਹੋਣਾ। ਉਹ ਇੱਧਰ ਕਹਿੰਦੇ ਮੰਮੀ ਦੇ ਦੀਦੀ ਜੀ ਹੋ ਗਈਆਂ ਤਿਆਰ, ਇਹ ਚਲੋ ਕੋਈ ਗੱਲ ਨੀ, ਤੂੰ ਆਪਣਾ ਤੂੰ ਆਪਦਾ ਤਿਆਰ ਕਰ, ਕੋਈ ਨੀ ਆਪਾਂ ਚੱਲਾਂਗੇ ਹੱਥ ਨੇ ਨੇਰੇ ਜੋਏ। ਚਲੋ ਵੀ ਪੀਤੇ ਰਹੀਆਂ ਤੇ ਮੰਮੀ ਹੋਰੀਆਂ ਚੱਲੀਆਂ ਤੀਆਂ ਤੇ ਅੱਜ ਆਪਣੇ ਪਿੰਡ ਹੈਗੀਆਂ ਤੀਆਂ। ਕਿੱਥੇ ਅਸੀਂ ਜਾਣਾ ਸੀ ਹੁਣ I-20 ਤੇ, ਕਿੱਥੇ ਅਸੀਂ ਫਿਰ ਹੁਣ ਪੈਸ਼ਨ ਤੇ ਚੱਲੇ ਹੈਗੇ ਤੇ ਇਹਨਾਂ ਨੂੰ ਛੱਡ ਕੇ ਆਉਣੇ ਆ ਤੀਆਂ ਤੇ, ਇਹ ਦੇਖ ਕੇ ਫੋਨ ਕਰ ਦੇਣਗੇ ਫਿਰ ਇਹਨਾਂ ਨੂੰ ਲਿਆਵਾਂਗੇ। ਤੂੰ ਨਜ਼ਰ ਪਾ ਦੇ ਆ ਕੇ ਅੱਜ ਪੱਠੇ ਵੀ ਨਹੀਂ ਵੱਢੇ ਗਏ, ਦੁਪਹਿਰੇ ਦੁਪਹਿਰੇ ਵੱਢ ਲਾਂਗੇ 2-3 ਵਜੇ ਪੱਠੇ, ਅੱਜ ਦੇ ਵੱਢ ਕੇ ਕੁਤਰ ਕੇ ਪਾ ਦਿਆਂਗੇ ਤੇ ਕੱਲ੍ਹ ਵਾਸਤੇ ਵੱਢ ਕੇ ਦੇ ਜਾਂਗੇ ਡੈਡੀ ਨੂੰ। ਮੰਮੀ ਹੋਰਾਂ ਨੂੰ ਆਪਾਂ ਛੱਡ ਆਏ ਹੈਗੇ ਤੇ ਆਉਣ ਲੱਗੇ ਆਪਾਂ ਥੋੜ੍ਹਾ ਜਿਹਾ ਨਾ ਸਮਾਨ ਲੈਣ ਗਏ ਸੀਗੇ। ਕਿੱਧਰ ਗਈ ਦਵਿੰਦਰ? ਲਓ ਵੀ ਸਮਾਨ ਲੈਣ ਗਏ ਸੀਗੇ, ਉੱਥੇ ਮੈਨੂੰ ਦਵਿੰਦਰ ਨੂੰ ਦੇਖ ਕੇ ਯਾਦ ਆ ਗਿਆ। ਮੈਂ ਕਿਹਾ ਲਓ ਵੀ ਦਵਿੰਦਰ ਦੀ ਪਹਿਲੀ ਪਸੰਦ ਮੱਠੀ ਦੇ ਨਾਲ ਚਾਹ ਅਤੇ ਖਾ ਕੇ ਕਰਾਂ, ਵਾਹ ਵਾਹ ਵਾਹ। ਪੀਤੇ ਲੈ ਕੇ ਆਈ ਸੀ ਆਹੀ ਸੇਮ ਮੱਠੀਆਂ ਲਫਾਫਾ, ਦਵਿੰਦਰ ਇੱਕ ਦਿਨ 'ਚ ਦੂਰੀ ਫਿਰਦੀ ਅੱਧਾ ਲਫਾਫਾ ਗਾ ਗਈ, ਚੱਕ ਲੈਂਦੀ ਸੀ 2 ਖਾਲੀਆਂ, ਚੱਕ ਲੈਂਦੀ 1 ਖਾਲੀ ਅਤੇ ਮੈਂ ਚਲੋ ਖਾ ਲੈਣਗੇ ਘਰੇ ਅਤੇ ਨਾਲੇ ਲਿਆਉਂਦੀ ਸਿਰ 'ਤੇ ਲਾਉਣ ਵਾਸਤੇ। ਸਾਰਿਆਂ ਨੇ ਪੁੱਛਦੇ ਨਾ ਵੀ ਕਿਹੜੀ ਲਾਉਣੀ, ਆਪਾਂ ਆਹ ਵਾਲੀ ਲਾਉਣੀ, ਉਹਨੇ ਹਰਬਲ ਮਹਿੰਦੀ, ਇਹਦਾ ਕੋਈ ਸਾਈਡ ਇਫੈਕਟ ਨੀਗਾ ਅਤੇ ਇਹ ਵਧੀਆ ਚੀਜ਼ ਆ, ਮਤਲਬ ਕਿ ਘੈਂਟ ਆ ਚੀਜ਼ ਆ। ਅਤੇ ਲਓ ਵੀ ਹੁਣ ਆਪਾਂ ਇਹਨਾਂ ਚੀਜ਼ਾਂ ਰੱਖਦੇ ਹਾਂ ਅਤੇ ਉਹ ਤੋਂ ਬਾਅਦ ਚੱਲਦੇ ਹਾਂ ਖੇਤ ਵੱਢਦੇ ਹਾਂ ਪੱਠੇ, ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਉੱਥੇ। ਰੱਖ ਕੇ ਮੋਢੇ 'ਤੇ ਦਾਤੀ ਅਤੇ ਹੁਣ ਆ ਗਿਆ ਖੇਤ, ਜਿਹੜਾ ਟਾਈਮ ਆ ਨਾ ਪੂਰੇ ਐਨ 12 ਵੱਜ ਗਏ ਜਚਾ ਕੇ। 12 ਕਿਵੇਂ ਵੱਜ ਗਏ ਹੈਗੇ? ਜਿਵੇਂ 11 ਤੋਂ ਬਾਅਦ ਵੱਜਦੇ ਹੁੰਦੇ ਹੈਗੇ ਅਤੇ ਮਤਲਬ ਕਿ ਗਰਮੈਸ਼ ਕਹਿੰਦੇ ਹੁਣ ਪੂਰੀ ਬਣ ਚੁੱਕੀ ਹੈਗੀ ਅਤੇ ਪਰ ਇਹ ਕੰਮ ਆ ਜਿਹੜਾ ਕਰਨਾ ਪਊਗਾ ਯਾਰ, ਜੇ ਮੈਂ ਸ਼ਾਮਾਂ ਨੂੰ ਚੱਲ ਵੀ ਗਿਆ ਬਈ ਯਾਰ ਹੈ ਨਾ ਆਪਣੇ ਨਾਨਕੇ ਲਾਲਾ ਦਵਿੰਦਰ ਦੇ, ਅਤੇ ਫਿਰ ਉਹ ਤੋਂ ਬਾਅਦ ਨਾ ਫਿਰ ਡੈਡੀ ਨੂੰ ਔਖਾ ਹੋ ਜਾਣਾ ਪੱਠਿਆਂ ਦੱਥਿਆਂ, ਤਾਂ ਕਰਕੇ ਮੈਂ ਕਹਿਣਾ ਅੱਜ ਦੇ ਵੀ ਨਹੀਂ ਵੱਢੇ ਸੀ, ਕੱਲ੍ਹ ਨਹੀਂ ਵੱਢੇ ਗਏ, ਸ਼ਾਮ ਨੂੰ ਮੀਂਹ ਆ ਗਿਆ ਉੱਧਰੋਂ ਠਾਣੇ ਜਾਣਾ ਪੈ ਗਿਆ, ਸਵੇਰੇ ਨਹੀਂ ਵੱਢੇ ਗਏ, ਤੋਰੀਆਂ ਤੋੜਨ ਕਰਕੇ ਫਿਰ ਕਟਿੰਗ ਕੁਟਿੰਗ ਕਰਾਉਣ ਕਰਕੇ ਹੋਰ ਮਸਲਿਆਂ 'ਚ ਉਲਝ ਗਏ। ਹੁਣ ਮੈਂ ਕਿਹਾ ਚਲੋ ਵਿਹਲੇ ਹੈਗੇ 2 ਘੰਟੇ, ਹੁਣ ਪੱਠੇ ਵੱਢ ਲਗੇ 2 ਡੰਗਾਂ ਦੇ ਤਾਂ, ਅਤੇ ਨਾਲੇ ਅੰਦਰ ਸੁੱਟ ਦਿਆਂਗੇ ਇੱਕ ਵਾਰੀ, ਜੇ ਆਪਾਂ ਕੁਦਰ ਕੇ ਸਾਡੇ ਇਹਦੇ ਰਲਾ ਕਰ ਦਿੰਦੇ ਹਾਂਗੇ ਅਤੇ ਇੱਕ ਦੇ ਰੱਖ ਦਿਆਂਗੇ, ਇੱਕ ਦੇ ਡੈਡੀ ਕੱਲ੍ਹ ਨੂੰ ਵੱਢ ਲੈਣਗੇ ਅਤੇ ਇੰਨੀ ਕਿਸੀ ਗੱਲ ਐਡੀ ਕਿਸੀ ਬਾਤ, ਪੱਠੇ ਵੱਢ ਕੇ ਫਿਰ ਪਊਗੀ ਸਿਰ 'ਤੇ ਰਾਤ। ਹਜੇ ਬਈ ਪੱਠੇ ਵੱਢ ਕੇ ਆਏ ਸੀ, ਪੱਠੇ ਵੱਢ ਗਏ ਨੂੰ ਵੀ ਨਾ ਜਮਾਂ ਡਿੱਗਣ ਵਾਲਾ ਕੰਮ ਹੋ ਗਿਆ, ਇੰਨੀ ਜ਼ਿਆਦਾ ਗਰਮੀ ਆ। ਹੁਣ ਵੀਰ ਪੜ੍ਹਰੀਆਂ ਫੋਨ ਆ ਗਿਆ, ਕਹਿੰਦੀਆਂ ਬਾਈ ਜੀ ਸਾਨੂੰ ਲੈ ਕੇ ਜਾਓ। ਮੈਂ ਕਿਹਾ ਆ ਕੇ ਫਿਰ ਵੀਰ ਜੀ ਹੋਣਾਂ ਦਾ ਕੰਮ ਕੀ ਆ, ਇਹੀ ਤਾਂ ਕੰਮ ਆ ਸਾਡਾ। ਆਹ ਹੈਗਾ ਬਈ ਆਪਣੇ ਪਿੰਡ ਦਾ ਬੋਰਡ ਜਿੱਥੇ ਅਸੀਂ ਪਸ਼ੂ ਨਵਾਉਂਦੇ ਰਹੇ ਹਾਂ ਆਪਣੇ, ਇੱਥੇ ਤੀਆਂ ਲੱਗੀਆਂ ਸੀਗੀਆਂ, ਮੰਮੀ ਵਰਗੀਆਂ ਕਹਿੰਦੀਆਂ ਸੀ ਇੱਥੇ ਹੀ ਆ। ਉਹ ਕੀ ਬਣਿਆ, ਸਾਰੇ ਵੱਗ ਗਏ? ਚਲੋ ਆ ਜਾਓ ਫਿਰ, ਉਹਨੂੰ ਕਿਹਾ ਘਰੇ ਆ ਜਾਓ ਫਿਰ। ਪੂਰੇ 2 ਵੱਜ ਚੁੱਕੇ ਬਈ, ਪੱਠੇ ਕੁਤਰਤੇ, 3 ਥੱਬੇ ਰਹਿ ਗਏ ਹੈਗੇ ਕਰਦੇ ਕਰਾਉਂਦਿਆਂ ਨੂੰ। ਗਰਮੀ ਵੀ ਕਹਿੰਦੀ ਹੈ ਨਾ, ਤੇਰਾ ਦੇਣਾ ਕੀ ਆ, ਡਿੱਗਣ ਵਾਲਾ ਸੀਨ ਹੋਇਆ ਪਿਆ।
ਪਾਣੀ ਬਣਵਾਇਆ ਹੋਇਆ ਆਪਾਂ ਨਿੰਬੂ ਵਾਲਾ, ਕੱਪ ਭਰ ਲਈਦਾ ਅਤੇ ਕੰਮ ਕਰ ਲਈਦਾ। ਅੱਧੇ ਕੁ ਘੰਟੇ ਦਾ ਕੰਮ ਰਹਿ ਗਿਆ, ਇਸ ਤੋਂ ਬਾਅਦ ਨਹਾ ਧੋ ਕੇ ਨਜ਼ਾਰੇ ਨਾਲ ਹੈਗੇ ਹਾਂ ਵਿਹਲੇ, ਕੋਈ ਟੈਨਸ਼ਨ ਨਹੀਂ। ਆ ਵੀ ਸਰ, ਹਾਂਜੀ ਹਾਂਜੀ, ਬੈਠੇ ਬੈਠੇ ਨਹੀਂ ਬੈਠੇ ਚੱਲ ਗਏ ਹੈਂ, ਮੱਥਾ ਟੇਕਦਾ ਰਹੇ ਪਰਮਾਤਮਾ ਤੇਰੀ ਆਸਰਾ ਦਾਤਾ। ਸਤਿ ਸ਼੍ਰੀ ਅਕਾਲ ਜੀ, ਭਲਾ ਕਰਿਓ ਬਹੁਤ ਸਾਰਾ। ਲਓ ਵੀ ਹੁਣ ਆਪਾਂ ਲੱਗੇ ਹਾਂ ਨਿਕਲ। ਤਾਜੂ ਚੱਲ ਗਏ, ਚੱਲ ਗਏ ਤਾਜੂ, ਚਲੋ ਤਾਜੂ ਦੇਦਾ ਕਾਰ ਕੰਨੀ, ਚੱਲ ਗਏ ਵੀ ਮੂਹਰੇ ਜਾਣਾ, ਮੂਹਰੇ ਬੈਠੂਗੀ ਇਹਦੇ ਮੱਖੀ ਥੇ। ਕਿੱਥੇ ਜਾਂਦਾ ਇਹ ਤਾਜੂ? ਮੰਮੀ ਦੇ ਨਾਨਕੇ ਜਾਂਦਾ, ਮੈਂ ਤਾਂ ਅੱਛਾ ਹੀ ਨਹੀਂ ਰੁਕਦਾ। ਚਲੋ ਬਈ ਵੱਜ ਗਿਆ ਲਾਰਮ ਦਾ, ਮਾਰੂੰਗਾ ਕਹਿੰਦੀ। ਲਾਰਮ ਮਾਰੇਗਾ, ਲਾਰਮ ਮਾਰੇਗਾ, ਖੱਜ ਮਾਰੇਗਾ ਲਾਰਮ। ਚੱਲ ਵੀ ਟੇਕ ਮੱਥਾ ਚੱਲ ਗਏ। ਸਮਾਨ ਹੀ ਬੜਾ ਹੋ ਜਾਂਦਾ ਬਈ ਯਾਰ, ਜਦੋਂ ਪਹਿਲਾਂ ਅਸੀਂ ਜਾਂਦੇ ਹੁੰਦੇ ਸਮਾਨ ਥੋੜਾ ਜਿਹਾ ਹੁੰਦਾ ਸੀਗਾ, ਹੁਣ ਦੇਖੋ ਆਹ ਮਗਰ ਡੱਗੀ ਵੀ ਭਰੀ ਆ, ਆਹ ਵੀ ਲਟਨ ਪਟਨ ਸਾਰਾ ਭਰਿਆ ਪਿਆ, ਤੇ ਮੂਹਰੇ ਵੀ ਸਾਰਾ ਕੁਝ ਭਰੇ ਇਹਨੂੰ ਹੀ ਹੈਗਾ, ਬਸ ਮੂਹਰੇ ਤਾਂ ਭਰੇ ਹੀ ਜਾਣਾਗਾ ਹੈਂ। ਸਾਰਿਆਂ ਦੇ ਲਾਇਸੈਂਸ ਰੱਖ ਲਏ, ਚਲੋ ਮਿਲੋ ਫਿਰ। ਚੱਲ ਗਏ, ਚੱਲ ਗਏ ਤਾਜੂ, ਚੱਲ ਦਵਿੰਦਰ ਮਿਲੋ ਦਵਾ ਦੋ ਤੁਰ ਗਏ ਫਿਰ, ਫਿਰ ਪੀਤਰੀਆਂ ਸਮਾਨ ਵੀ ਫੜਨਾ ਰਾਹ ਚ। ਚਲੋ ਬਈ ਚਲੋ ਬਈ, ਓਕੇ ਜੀ, ਬਾਏ ਬਾਏ, ਓਕੇ ਦੀ ਰਿਪੋਰਟ, ਬਾਏ ਬਾਏ। ਚੱਲ ਗਏ, ਚੱਲ ਗਏ, ਚਲੋ ਆਪਾਂ ਵੀ ਚੱਲ ਗਏ ਫਿਰ, ਓਕੇ ਬਾਏ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਾਹਲੀ ਗਰਮੀ ਬਈ ਯਾਰ, ਅੱਜ ਤਾਂ ਹੋਈ ਪਈ ਆ ਬਾਹਰ, ਅੱਜ ਤਾਂ ਮੇਰਾ ਐਂ ਜੀ ਕਰਦਾ ਮੈਂ ਨੀਂਦ ਕਰਵਾ ਕੇ ਚੱਲਾਂ ਸਾਰਿਆਂ ਨੂੰ, ਕੈਪਰੀ ਚ ਜਾਣ ਨੂੰ ਮੇਰਾ ਜੀ ਕਰਦਾ ਸੀਗਾ। ਕੋਈ ਨੀ ਕੋਈ ਨੀ, ਉਹ ਤਾਂ ਕਰਦੇ ਮਾੜਾ ਜਾ ਸਗਨ ਜਾ ਜਿਹੜਾ ਬਾਹਰ ਚ ਕਰਦੀ ਹੁੰਦੀ ਆ। ਲਓ ਵੀ ਲਓ ਵੀ ਹੁਣ ਆਪਾਂ ਲੱਗੇ, ਓਕੇ ਬਾਏ, ਟਾਟਾ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਲਓ ਵੀ ਹੁਣ ਆਪਾਂ ਕੀ ਸਾਰਾ ਕੁਝ ਰੱਖ ਲਿਆ, ਸ਼ੀਸ਼ੀ ਵੀ ਪਈ ਆ, ਦੁੱਧ ਵੀ ਰੱਖ ਲਿਆ। ਓਕੇ ਮੰਮੀ ਨੂੰ ਕਰਦੇ ਫਿਰ, ਬਾਏ, ਮਿਲਦੇ ਆ ਫਿਰ ਬ੍ਰੇਕ ਕੇ ਬਾਅਦ। ਚੰਗਾ ਪੁੱਤੂ, ਮੰਮੀ ਕਹਿੰਦੀ ਤਾਜੂ ਦਾ ਹੁਣੇ ਸੌ ਜਾਣਾ, ਤਾਜੂ ਨੇ ਪੀ ਕੇ ਦੁੱਧ, ਗੱਡੀਆਂ ਟਾਇਟ ਆ ਕਿ ਨਹੀਂ। ਲਓ ਵੀ ਪਰਮਾਤਮਾ ਸੁੱਖ ਰੱਖੇ, ਰਾਜੀ ਖੁਸ਼ੀ ਚੱਲੇ, ਹੱਸਦੇ ਖੇਡਦੇ ਹੱਸਦੇ ਵੱਸਦੇ ਆਪਦੇ ਘਰਾਂ ਨੂੰ ਵਾਪਸ ਆ ਗਏ। ਜਿਹੜਾ ਵੀ ਆਪਣੇ ਕੋਲ ਇੱਕ ਦੋ ਤਿੰਨ ਚਾਰ ਪੰਜ ਸੱਤ ਅੱਠ ਦਿਨਾਂ ਦਾ ਟੂਰ ਹੈਗਾ ਗਾ, ਹੈਨਾ ਤਾਜੂ? ਤਾਜੂ ਦਾ ਪਰਾਂ ਮੂੰਹ ਕਰਕੇ ਬਹਿ ਗਿਆ, ਇੱਧਰ ਮੂੰਹ ਕਰਕੇ ਵਾ ਤਾਜੂ, ਉਹ ਬਈ ਮਗਰ ਉਹ ਕਿਹੜਾ ਬਣਾਈ ਆ, ਤਾਜੂ ਨੂੰ ਛੇੜਦੇ ਚੱਲਾਂਗੇ ਅਸੀਂ, ਛੇੜਦੇ ਹੈਨਾ ਤਾਜੂ ਤੈਨੂੰ ਪਤਾ ਫਿਰ ਸ਼ੀਸ਼ੀ ਦਾ ਅਗਲੇ ਦਾ ਰੌਲਾ ਹੀ ਚੱਕਦਾ। ਚਲੋ ਵੀ ਹੁਣ ਨਾ ਕਿਹੜਾ ਆਪਾਂ ਮੰਡੂ ਮੇ ਥੋੜਾ ਮੋਟਾ ਸਮਾਨ ਸਮੂਨ ਜਾ ਉਹ ਲੈ ਲਗੇ, ਤੇ ਮੈਨੂੰ ਨਾ ਬਈ ਪਤਾ ਸੀਗਾ ਵੀ ਆਪਾਂ ਥੋੜਾ ਲੇਟ ਹੋ ਜਾਣਾ, ਤੇ ਮੇਰਾ ਰੱਖੜੀਆਂ ਲੈਣ ਦਾ ਜਿਹੜਾ ਟਾਈਮ ਲੱਗਣਾ ਨੀਗਾ ਆਪਣਾ, ਕਿਉਂਕਿ 5:30 ਤਾਂ ਹੋ ਹੀ ਗਏ ਹੈਗੇ, ਤੇ ਸਰਸਾ ਇੱਥੋਂ ਮੇਰੇ ਹਿਸਾਬ ਨਾਲ ਰਹਿ ਜਾਂਦਾ ਗਾ 80-90 ਕਿਲੋਮੀਟਰ, ਹੋ ਸਕਦਾ 100 ਹੀ ਹੋਵੇ ਤਾਂ 100 ਹੀ ਹੋਵੇ। ਸਰਸੇ ਆਪਾਂ ਜਾਣਾ ਗਾ, ਤੇ ਮੈਂ ਵੀਰਪਾਲ ਨੂੰ ਕਹਿਤਾ ਸੀਗਾ ਵੀ ਤੂੰ ਰੱਖੜੀਆਂ ਲੈ ਲਈ, ਤਾਂ ਰਾਹ 'ਚੋਂ ਉਹ ਬਠਿੰਡਿਓਂ ਆਈ ਜਾਂਦੇ ਇੱਧਰ ਨੂੰ, ਆਪਾਂ ਇੱਧਰੋਂ ਜਾਈ ਜਾਂਦੇ ਬਠਿੰਡੇ ਵੱਲ ਨੂੰ, ਤੇ ਸੈਂਟਰ 'ਚ ਜਿੱਥੇ ਟੱਕਰ ਗਏ ਉੱਥੇ ਹੀ ਰੱਖੜੀਆਂ ਫੜ ਲੈਣੀਆਂ ਗਾ, ਤੇ ਹੁਣ ਚੱਲ ਗਏ, ਪਹਿਲਾਂ ਇੱਕ ਵਾਰੀ ਕੰਮ ਖਿੱਚ ਦੇ ਥੋੜ੍ਹਾ ਜਿਹਾ। 15 ਘੰਟੇ ਰੈਲੀ ਕੱਢਦੇ ਫਿਰਦੇ ਹੈ।
ਪੀਤੇ ਰੰਗਣੇ ਵੀ ਨਾ ਸੁੱਖ ਸੁੱਖੀ ਵੀ ਆ ਵੀ ਜਿਹੜੀ ਜਿੰਨੀ ਭਕਾਈ ਕਰਾਉਣੀ ਨਾ ਉਹਦੇ ਵਾਲ ਖੁਸ਼ ਦੀ ਉਹੀ ਕਰਵਾਉਣੀ ਹੈਗੀ। ਮੈਨੂੰ ਕਹਿੰਦਾ ਸੀ ਲਲਾਰੀ ਕੋਲੇ ਆ ਕਿ ਚੁੰਨੀਆਂ ਰੰਗਾਈ ਇਹਨੇ ਆਪ ਹੁਣ ਟੱਪ ਕੇ ਪਤਾ ਨੀ ਕਿੱਧਰ ਨੂੰ ਆ। ਹੁਣ ਆਹ ਵੇਖੋ ਮੈਂ ਤਾਂ ਆ ਗਿਆ ਇੱਥੇ ਅਜੀਤ ਰੋਡ ਤੇ, ਆਹ ਖੜੇ ਆ ਗਿਲੇ ਘੋੜੇ ਵਾਲੇ ਚੌਂਕ ਦੇ ਵਿੱਚ ਤੇ, ਪਰ ਘੋੜੇ ਵਾਲਾ ਚੌਂਕ ਹੀ ਬੜਾ ਸਜਾਇਆ ਵਾ ਬਈ 15 ਅਗਸਤ ਦੀ ਵਜ੍ਹਾ ਕਰਕੇ ਆਹ ਲਾਈ ਖੜੇ ਹੈਗੇ। ਨਾ ਤੁਹਾਨੂੰ ਸਾਡੇ ਬਾਰੇ ਪਤਾ ਨੀ ਗਾ ਹੈ, ਤੁਸੀਂ ਸਾਡੀ ਭਕਾਈ ਕਰਾਉਣੀ ਹੋਗੇ ਲੋਕ ਗੱਡੀ ਸਾਈਡ ਤੇ ਲਾ ਦੇ ਪਹਿਲਾਂ ਆਰਾਮਦਾਰੀ ਦੇ ਨਾਲ। ਹੁਣ ਆਹ ਦੇਖੋ ਆਪਾਂ ਵਲੌਗ ਬਣਾਈ ਜਾਂਦੇ ਪਰ ਬਈ ਆਪਾਂ ਆਪਦੀ ਸਪੀਡ ਦਾ ਵੀ ਆਪਾਂ ਨੂੰ ਪਤਾ ਗਾ ਵੀ ਮੇਰੀ ਕਿੰਨੀ ਕੁ ਸਪੀਡ ਆ ਤੇ ਮੈਂ ਕੀ ਹਿਸਾਬ ਨਾਲ ਚਲਾ ਰਿਹਾ ਹੈਗਾ ਗੱਡੀ ਨੂੰ ਹਨਾ। ਜੇ ਵੀ ਪਾਗਲਾਂ ਨੂੰ ਚਲਾਵਾਂਗੇ ਫਿਰ ਮਾਰਾਂਗੇ ਕਿਸੇ ਨਾ ਕਿਸੇ ਚ। ਕੱਲ ਨੂੰ ਕਹਿੰਦੇ 15 ਅਗਸਤ ਆ ਤੇ ਪਾਰਟੀ ਫਿਰ 15 ਅਗਸਤ ਦੀ ਘਰੇ ਨਾ ਲੈ ਜਾਏ ਕਿਤੇ ਹੋਰ ਲੈ ਜਾਏ, ਓਏ ਸੁੱਤੀ ਪਈ ਆ ਸੌਂ ਲੈਂਦੇ ਉਹਨੂੰ। ਪਰਸੋਂ ਨੂੰ 2 ਵਜੇ ਦੇ ਦੁਪਹਿਰੇ ਤੇਰੇ ਕੋਲੇ ਆ ਜਾਓ, 2 ਵਜੇ 9 ਵਜੇ ਤਾਂ ਮੈਂ ਉੱਠੂੰਗੀ। ਮਤਲਬ ਮੈਂ ਸੌਰੀ ਚੱਲਿਆ, ਸੌਰੀ ਜਾ ਕੇ ਮੈਂ ਰੱਜ ਰੱਜ ਕੇ ਸੌਣਾ। ਚਲੋ ਚੱਲ ਗਏ ਫਿਰ, ਬਾਏ ਬਾਏ। ਓਕੇ ਓਕੇ ਚੰਗਾ ਜੀ ਫਿਰ, ਬਾਏ, ਸਤਿ ਸ੍ਰੀ ਅਕਾਲ, ਮਿਲਦੇ ਹਾਂ ਬ੍ਰੇਕ ਕੇ ਬਾਅਦ। ਚੱਕ ਮੇਰੇ ਵੱਲੋਂ, ਓਕੇ ਜੀ, ਬਾਏ ਬਾਏ। ਗੈਸ ਆ ਖਾਓ ਤੇ ਗੈਸ ਫਲਾਓ, ਠੀਕ ਹੈ ਨਾ। ਓਕੇ ਬਾਏ। ਆਈ ਆ ਫਿਰ ਨਵਾਂ ਸਟਾਈਲ, ਯੂਨੀਕ ਸਟਾਈਲ, ਪੇਂਡੂ ਸਟਾਈਲ ਕਿ ਨਹੀਂ ਬਈ। ਲਓ ਹੁਣ ਆਪਾਂ ਨਿਕਲਦੇ ਹਾਂਗੇ ਇੱਥੋਂ ਹੀ, 10-15 ਮਿੰਟ ਖੜੇ ਗੱਲਾਂ ਬਾਤਾਂ ਮਾਰਦੇ ਨੂੰ ਲੱਗ ਗਏ। ਤਾਜੂ ਸਾਡਾ ਸੌਂਗ ਸੀਗਾ, ਹੁਣ ਉੱਠ ਖੜਿਆ। 7:15 ਦਾ ਟਾਈਮ ਆ ਜਿਹੜਾ ਹੋ ਚੁੱਕਿਆ ਹੈਗਾ ਤੇ ਆਪਾਂ ਲੰਘ ਗਏ ਹਾਂਗੇ ਬਈ ਤਲਵੰਡੀ ਸਾਬੋ। 40 ਕਿਲੋਮੀਟਰ ਰਹਿ ਗਿਆ ਇੱਥੋਂ ਸਰਦੂਲਗੜ੍ਹ, ਉਹਦੇ ਤੋਂ ਅੱਗੇ ਮੇਲਾ ਦਾ 20 ਕਿਲੋਮੀਟਰ ਹੋਣਾ ਗਾ ਮਾਮੇ ਦਾ ਪਿੰਡ ਤੇ ਉੱਧਰ ਨੂੰ ਗੱਡੀਆਂ ਖਿੱਚਦੀਆਂ ਹੈਗੀਆਂ ਆਪਾਂ ਤੇ ਅੱਜ ਮੇਲਾ ਦਾ ਡੱਬਾ ਤਲਵੰਡੀ ਟਰੈਕਟਰਾਂ ਵਾਲੀ ਮੰਡੀ ਵੀ ਲੱਗੀ ਹੋਈ ਸੀਗੀ ਤਾਂ ਕਰਕੇ ਟਰੈਕਟਰ ਬਹੁਤ ਚੱਲੇ ਹੈਗੇ। ਤੇ ਇੱਕ ਗੱਲ ਹੋਰ ਬਈ, ਮੈਂ ਮੰਨਦਾ ਗਾ ਤਾਜੂ ਨੂੰ ਆਪਣੀ ਨੂੰ ਕਰਮ ਵਾਲੀ ਵੀ, ਇਹਨੇ ਪਿਛਲੇ ਜਨਮ 'ਚ ਬਹੁਤ ਚੰਗੇ ਕਰਮ ਕਰੇ ਹੋਣਗੇ ਤਾਂ ਜੋ ਇਹਨੂੰ ਇੰਨਾ ਕੁਝ ਦੇਖਣ ਨੂੰ ਮਿਲ ਰਿਹਾ ਹੈਗਾ ਨਾ। ਤੇ ਜਿਵੇਂ ਹੁਣ ਲਾ ਲਓ ਆਪਾਂ ਵੀ ਆਪਦੇ ਮਾਵਾਂ ਦੇ ਨਾਨਕੇ ਗਏ ਹਾਂ, ਪਿਓਾਂ ਦੇ ਨਾਨਕੇ, ਮੇਰੇ ਤਾਂ ਚਲੋ ਪਿਓ ਦੇ ਨਾਨਕੇ ਮੈਂ ਵਾਧੂ ਗਿਆ ਗਾ ਤੇ ਮੇਰੀ ਮੰਮੀ ਦੇ ਨਾਨਕੇ ਮੈਂ 1 ਵਾਰੀ ਗਿਆ ਗਾ, ਖਣੀ 2 ਵਾਰੀ ਗਿਆ ਗਾ ਆਪਦੀ ਸੁਰਤ ਜਦੋਂ ਮੈਨੂੰ ਸੁਰਤ ਜੀ ਸੀਗੀ ਤੇ ਉਹ ਤੋਂ ਬਾਅਦ ਨਹੀਂ ਚਲੋ ਗਏ ਕਰੇ ਨਾ ਹੀ ਕਦੇ ਸਬੱਬ ਬਣਿਆਗਾ। ਪਰ ਮੈਨੂੰ ਲੱਗਦਾ ਵੀ ਆਪਣੀ ਤਾਜੂ ਤਾਂ ਸਾਡੇ ਜਿੱਡੀ ਜਿੱਡੀ ਹੋ ਜੂਗੀ, 20-25-30 ਸਾਲਾਂ ਦੀ ਹੋ ਜੂਗੀ ਤਾਂ ਵੀ ਆਪਦੀ ਮੰਮੀ ਦੇ ਨਾਨਕੇ ਜਾਇਆ ਕਰੂਗੀ ਕਿ ਨਹੀਂ। ਹਾਂਜੀ ਇਹ ਤਾਂ ਹੈ ਵੀ ਹੁਣ ਵੀ ਜਿਵੇਂ ਤਾਜ ਵਤਨ ਦੇ ਹੁਣ ਪੜਨਾਨਾ ਪੜਨਾਨਾ ਵੀ ਸਾਰੇ ਪੜਨਾਨੀ ਪੜਨਾਨਾ ਬੈਠੇ ਆ, ਮੇਰੀ ਨਾਨੀ ਜੀ ਵੀ ਹਜੇ ਬੈਠੇ ਆ ਵੀ ਚਲੋ ਵਧੀਆ ਕਰਮਾਂ ਵਾਲੇ ਨੇ, ਉਹ ਵੀ ਕਰਮਾਂ ਵਾਲੇ ਆ ਜਿੰਨਾ ਚੌਥੀ ਜਨਰੇਸ਼ਨ ਆ ਮਤਲਬ ਕੀ। ਹਾਂਜੀ ਤਾਜ ਵਤਨ ਦਾ ਪਿਆਰ ਅੱਜ ਕੱਲ ਬਈ ਦੂਜੀ ਜਨਰੇਸ਼ਨ ਮਿਲਦੀ ਦੇਖਣ ਨੂੰ, ਤੀਜੀ ਬਹੁਤ ਘੱਟ ਮਿਲਦੀ ਹੈਗੀ ਕਿਉਂਕਿ ਜਿਹੜੀ ਉਮਰਾਂ ਉਹ ਬਹੁਤ ਛੋਟੀਆਂ ਰਹਿ ਗਈਆਂ ਹੈਗੀਆਂ ਨਾ ਉਹਦੇ ਕਰਕੇ ਹੈਗਾ। ਤੇ ਤਾਜੂ ਆਪਣੇ ਕਰਮ ਵਾਲੀ ਜਿਹੜੀ ਚੌਥੀ ਜਨਰੇਸ਼ਨ 'ਚ ਹੈਗੀ ਹਨਾ। ਪਹਿਲਾਂ ਦੇਖੋ ਤਾਜੂ, ਫਿਰ ਉਹਦੀ ਮੰਮੀ ਵੀ ਹੈਗੀ, ਤਾਜੂ ਦੀ ਨਾਨੀ ਵੀ ਹੈਗੀ, ਤਾਜੂ ਦੀ ਪੜਨਾਨੀ ਵੀ ਹੈਗੀ, ਤਾਜੂ ਦਾ ਪੜਨਾਨਾ ਵੀ ਹੈਗਾ, ਤਾਜੂ ਦਾ ਨਾਨਾ ਵੀ ਹੈਗਾ। ਉਹਨਾਂ ਨੂੰ ਵੀ ਐ ਆ ਵੀ ਸਾਨੂੰ ਤਾਜ ਵਤਨ ਦਾ ਵੀ ਐ ਪਿਆਰ ਜਿਹਾ ਮਿਲਿਆ ਵੀ ਗੋਦੀ ਚ ਪਾ ਕੇ ਜਦੋਂ ਐ ਬਿਠਾਉਂਦੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਤਾਜ ਵਤਨ ਨੂੰ ਚੱਕਦੇ ਆ। ਤੇ ਜਪਨਾਜ ਨੂੰ ਵੀ, ਜਪਨਾਜ ਥੋੜਾ ਜਿਹਾ ਐ ਆ ਵੀ ਰੌਲਾ ਪਾਉਣ ਕਰਕੇ ਉਹਨੂੰ ਥੋੜਾ ਜਿਹਾ ਘੱਟ ਚੱਕਦੇ ਸੀ, ਉਹ ਵੀਰ ਜਾਂਦਾ ਸੀ। ਫਿਰ ਇਹ ਤਾਜ ਵਤਨ ਨੂੰ ਸਾਰੇ ਚੱਕ ਕੇ ਬਹੁਤ ਖੁਸ਼ ਹੁੰਦੇ ਆ ਵੀ ਕਿਉਂਕਿ ਤਾਜੂ ਕਿਹੜਾ ਆਪਣੇ ਰੌਲਾ ਪਾਉਂਦੇ, ਤਾਜੂ ਨੂੰ ਕਹਿੰਦੇ ਖਾਜਾ ਖਾ ਕੱਛੂ ਜਾ, ਤਾਜੂ ਨੇ ਉਹਦੀ ਬੁੜੇ ਦੰਦ ਕੱਢ ਲੈਣੇ ਆ। ਤੇ ਲੋ ਵੀ ਹੁਣ ਚੱਲਦੇ ਆ ਸਿੱਧਾ ਆਪਾਂ ਸਰਦੂਲਗੜ੍ਹ ਲੰਘ ਕੇ ਹੈ। I-20 ਨੂੰ ਦੇਖ ਕੇ ਤਾਂ ਉਹਦੇ ਅੱਖ ਨੂੰ ਮਨ ਜੇ ਖਰਾਬ ਹੋ ਜਾਂਦਾ ਹੈਗਾ। ਆਹ ਆ ਗਿਆ ਬਈ, ਇੱਥੋਂ ਲੈ ਕੇ ਗਿਆ ਸੀਗਾ ਮੈਂ ਧਾਗਾ ਉਧਰ, ਐਡੇ ਦੂਰ ਆਇਆ ਸੀ ਹਾਂ, ਜਿਹੜਾ ਆਪਣੇ ਉਹਦੇ ਆਪਣੀ ਸੱਤੀ ਦੇ ਬੰਨੇ ਹੈਗਾ। ਅੱਛਾ ਇੱਥੋਂ ਲੈ ਕੇ ਗਏ ਸੀ, ਇੱਧਰਲੇ ਪਾਸੇ ਜਾ ਗਿਆ 5-6 ਕਿਲੋਮੀਟਰ ਆ ਸਿੰਗੋ ਆਉਂਦਾ ਬਈ ਤਲਵੰਡੀ ਤੋਂ ਅੱਗੇ, ਸਿੰਗੋ ਤੋਂ ਸਾਈਡ ਤੋਂ ਜਾ ਕੇ ਕੌਰੇਆਣਾ ਆਊਗਾ, ਕੌਰੇਆਣੇ ਦੇ ਨਾਲ ਪਿੰਡ ਹੈਗਾ ਉੱਥੋਂ ਲੈ ਕੇ ਗਏ ਬਾਈਕ ਪੇ ਹਾਂ। ਲਓ ਵੀ ਪੂਰੇ 8 ਵੱਜ ਗਏ ਆ ਬਈ,
ਤੇ ਉਹ ਸਾਹਮਣਾ ਪਿੰਡ ਆ ਸਿਕੰਦਰਪੁਰ, ਦਵਿੰਦਰ ਦੇ ਨਾਨਕਿਆਂ ਦਾ ਪਿੰਡ। ਪਿੰਡ ਵਾਲੇ ਰਾਹ ਤਾਂ ਸਹੁਰਿਆਂ ਨੂੰ ਜਾਣ ਵਾਲੇ ਰਾਹ ਨੀ, ਕੁੜੀਆਂ ਨੂੰ ਯਾਦ ਹੁੰਦੇ ਹਨਾ। ਦਵਿੰਦਰ ਨੂੰ ਮੈਂ ਕਿਹਾ ਸਹੁਰਿਆਂ ਨੂੰ ਜਾਣ ਵਾਲਾ ਰਾਹ ਯਾਦ ਆ, ਕਹਿੰਦੀ ਨਹੀਂ, ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ। ਤੇ ਮੈਂ ਕਿਹਾ ਹੁਣ ਫਿਰ ਸਿਕੰਦਰਪੁਰ ਦਾ ਰਾਹ ਕੌਣ ਦੱਸੂਗਾ। ਕਹਿੰਦੀ ਟੈਨਸ਼ਨ ਨਾ ਲਓ, ਮੈਂ ਹੀ ਤੁਹਾਨੂੰ ਦੱਸ ਦੇਣਾ ਗਾ ਸਾਰਾ ਕੁਝ, ਮੈਨੂੰ ਪਤਾ ਹੀ ਆ। ਤੇ ਆਹ ਵੇਖ ਲਓ, ਹਨੇਰੇ 'ਚ ਵੀ ਇਹਨੂੰ ਪਤਾ ਆ ਗਿਆ ਵੀ ਆਹ ਰਾਹ ਮੈਨੂੰ ਐਂ ਕਰਦੀ ਆਉਂਦੀ ਆ। ਇੱਥੇ ਵੀ ਘਰ ਸੀਗਾ, ਇਹ ਤਾਂ ਮੈਨੂੰ ਯਾਦ ਆ, ਇੱਥੇ ਵੀ ਘਰ ਸੀਗਾ, ਆਹ ਵਾਲਾ ਘਰ ਵੀ ਮੈਨੂੰ ਯਾਦ ਆ ਸੀਗਾ, ਹਨਾ। ਸੋ ਇਹ ਗੱਲ ਆ, ਕਿਉਂਕਿ ਹੁਣ ਖੁਸ਼ੀ ਵੀ ਜ਼ਿਆਦੇ ਹੈਗੀ, ਹਨਾ। ਪੇਕੇ ਵਿਚਾਰੀਆਂ ਥੱਕੀਆਂ ਰਹਿੰਦੀਆਂ ਗੀਆਂ, ਰੂਲੀਆਂ ਰਹਿੰਦੀਆਂ ਉਹ ਸਹੁਰੇ ਸੱਚ ਕੰਮਾਂ ਕਾਰਾਂ 'ਚ ਵਿਚਾਰੀਆਂ ਕੁੜੀਆਂ, ਹਨਾ। ਸੋ ਪੇਕੇ ਜਾ ਕੇ ਫਿਰ ਤੁਹਾਨੂੰ ਪਤਾ ਸਕੂਨ ਦੀ ਨੀਂਦ, ਜੋ ਜਹਾਨ ਦੀਆਂ ਚੁਗਲੀਆਂ ਚਗਲੀਆਂ ਇਕੱਠੀਆਂ ਕਰਕੇ, ਸਹੁਰਿਆਂ ਦੀਆਂ ਵੀ ਇਕੱਠੀਆਂ ਕਰਕੇ, ਫਿਰ ਉੱਥੇ ਜਾ ਕੇ ਪਟਾਰੇ ਖੁੱਲਦੇ ਆ, ਵੱਡੇ ਫਿਰ ਨਿਕਲਦੇ ਆ, ਵੱਡੇ ਨਾਗ। ਹੈ ਤੂੰ ਤਾਂ ਨਹੀਂ ਕਰਦੀ, ਊਂ ਗੱਲ ਕਰਦਾ, ਕਰਦੀਆਂ ਸਾਰੀਆਂ ਹੁੰਦੀਆਂ। ਚਲੋ ਦਵਿੰਦਰ ਨੇ ਹੁਣ ਕਹਿਤਾ ਮੈਂ ਨੀ ਕਰਦੀ, ਹੁਣ ਆਪਾਂ ਕਿਹੜਾ ਕੋਲੇ ਬੈਠੇ ਰਹੇ ਹੋ ਸਕਦਾ, ਆਪਦੀਆਂ ਭੈਣਾਂ ਨਾਲ, ਆਪਦੀਆਂ ਮਾਮੀਆਂ ਨਾਲ, ਮੰਮੀ ਨਾਲ, ਕਿਸੇ ਨਾਲ ਨਹੀਂ। ਮਾੜੀ ਮੋਟੀ ਤਾਂ ਹੁੰਦੀ ਰਹਿੰਦੀ ਹੈ ਦਵਿੰਦਰ, ਇਹ ਕਹਿਣ ਦੀ ਲੋੜ ਹੀ ਨਹੀਂ ਆਪਾਂ ਨੂੰ, ਹੈ ਨਾ ਬਈ, ਕਿ ਨਹੀਂ ਇੰਨਾ ਕਿ ਤਾਂ ਚੱਲਦਾ ਹੀ ਹੈ, ਪਤਾ ਹੀ ਆ ਫਿਰ ਕਿੱਡੀ ਗੱਲ ਆ ਗਈ ਹੁੰਦੀ। ਕਿਸੇ ਨੂੰ ਮਰਜ਼ੀ ਕੁਛ ਪੁੱਛ ਕੇ ਦੇਖ ਲਿਓ, ਮੈਂ ਕਦੇ ਵੀ ਨਹੀਂ ਕੀਤੀ ਸੀ। ਚੱਕਰ ਯਾਰ ਆਪਾਂ ਜਿੱਦਾਂ ਮਰਜ਼ੀ ਆ, ਚਲੋ ਪਿਆਰ ਨਾਲ ਰਹਿੰਦੇ ਆ। ਕਈ ਵਾਰੀ ਆਪਾਂ ਨੂੰ ਕਿਸੇ ਦੀ ਕੋਈ ਹਰਕਤ ਨਹੀਂ ਪਸੰਦ ਹੁੰਦੀ, ਕਿਸੇ ਦੀ ਨਹੀਂ ਵਧੀਆ ਲੱਗਦੀ ਹੁੰਦੀ, ਆਪਾਂ ਡਿਸਕਸ਼ਨ ਕਰਦੇ ਵੀ ਉਹ ਤਾਂ ਇੱਦਾਂ, ਉਹਦੇ ਇੱਦਾਂ, ਹੁਣ ਹੋ ਸਕਦਾ ਕੱਲ ਨੂੰ ਆਪਣੀਆਂ ਵੀ ਪੀਤੇ ਵਰਗੀਆਂ ਬੱਬੂ ਵਰਗੀਆਂ ਆਇਆ ਕਰਨ, ਇਹ ਵੀ ਨਾ ਆ ਕੇ ਕਿਹਾ ਕਰਨ ਵੀ ਸਾਨੂੰ ਐਂ ਨੀ ਵਧੀਆ ਲੱਗਦਾ। ਪਤਾ ਚੱਕਰ ਕੀ ਹੁੰਦਾ, ਆਪਦੇ ਘਰ ਦਾ ਪੀਕਿਆਂ ਦਾ ਮਾਹੌਲ ਹੋਰ ਹੁੰਦਾ, ਸਹੁਰੇ ਜਾ ਕੇ ਇੱਕੇ ਦਾ ਮਾਹੌਲ ਹੀ ਬਦਲ ਜਾਂਦਾ। ਸੋ ਪੀਕੇ ਆਪਾਂ ਨੂੰ ਹੋਰ ਆਦਤਾਂ ਹੁੰਦੀਆਂ, ਤੇ ਜਦੋਂ ਸਹੁਰੇ ਜਾਂਦੇ ਉਦੋਂ ਹੋਰ ਆਦਤਾਂ ਬਣ ਜਾਂਦੀਆਂ, ਹਨਾ। ਸੋ ਹੁਣ ਤੁਸੀਂ ਲਾ ਲਓ, ਮੈਨੂੰ ਵੀ ਮੈਨੂੰ ਆਪਦੇ ਘਰੇ ਹੋਰ ਆਦਤਾਂ, ਹੁਣ ਜਦੋਂ ਮੈਂ ਆਪਦੇ ਸਹੁਰੇ ਜਾਊਂਗਾ ਉੱਥੇ ਮੈਨੂੰ ਹੋਰ ਆਦਤਾਂ ਨਾਲ ਚੱਲਣਾ ਪਊਗਾ ਨਾ। ਸੋ ਤਾਂ ਕਰਕੇ ਇੱਦਾਂ ਹੁੰਦਾ ਹੀ ਹੈਗਾ, ਪਰ ਕੋਈ ਚੱਕਰ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਆਪਾਂ ਕੁਛ ਨਹੀਂ ਕਹਿਣਾ ਗਾ, ਸਾਰਾ ਕੁਝ ਵਧ ਗਈ ਹੈਗਾ, ਚੁਗਲੀ ਨਿੰਦਿਆ ਸਭ ਕੁਛ ਬਣਿਆ ਹੀ ਆਇਆ ਗਾ, ਤੇ ਇਹਦੇ ਬਿਨਾਂ ਸ੍ਰਿਸ਼ਟੀ ਚੱਲਦੀ ਨਹੀਂ ਗੀ, ਕਿ ਨਹੀਂ ਬਈ, ਹਨਾ। ਸ੍ਰਿਸ਼ਟੀ ਚੱਲਦੀ ਨਹੀਂ ਨਾ ਚੁਗਲੀ ਨਿੰਦਿਆ ਬਿਨਾਂ, ਹੱਸੀ ਜਾਂਦੀ ਹੁਣ। ਤਾਜੂ ਸਾਡਾ ਪੁੱਤ ਉਹ ਤਾਂ ਸੁੱਤਾ ਹੀ ਆਇਆ ਗਾ, ਨਜ਼ਾਰੇ ਨਾਲ ਹੱਸਦਾ ਖੇਡਦਾ, ਦੁੱਧ ਪੀ ਲਿਆ ਇਹਨੇ ਦੋ। ਹਾਂ, ਫਾਈਨਲੀ ਆਪਾਂ ਪਹੁੰਚ ਚੁੱਕੇ ਆ ਸਿਕੰਦਰਪੁਰ, ਤੇ ਸਤਨਾਮ ਸ਼੍ਰੀ ਵਾਹਿਗੁਰੂ, ਆਉਣ ਸਾਰੀ ਬਾਬਾ ਜੀ ਮੱਥੇ ਲੱਗੇ। ਦਵਿੰਦਰ ਮੈਨੂੰ ਕਹਿੰਦੀ ਜੇ ਆਪਾਂ ਨੂੰ ਮਾਮੇ ਕਹਿਣ ਕਿਹਾ ਵੀ ਤੁਸੀਂ ਇੰਨੀ ਲੇਟ ਕਾਹਤੋਂ ਆਏ ਆ, ਤੇ ਮੈਂ ਕਿਹਾ ਫਿਰ ਆਪਾਂ ਕਹਿ ਦਾਂਗੇ ਵੀ ਤੁਸੀਂ ਵੀ ਤਾਂ 9 ਵਜੇ ਆਏ ਸੀ, ਅਸੀਂ ਤਾਂ ਤੁਹਾਡੇ ਨੂੰ ਅੱਧਾ ਘੰਟਾ ਪਹਿਲਾਂ ਹੀ ਆਏ ਆ, ਅਸੀਂ 8:30 ਆ ਗਏ ਆ, ਤੁਸੀਂ ਸਾਡੇ ਕੋਲੇ 9 ਵਜੇ ਪਹੁੰਚੇ ਸੀਗੇ। ਲਓ ਵੀ ਸਵਾਗਤ ਕੀਤਾ ਜਾਂਦਾ ਗਾ ਆਪਣਾ ਪੂਰਾ ਪੂਰਾ, ਲਓ ਵੀ ਖੜੇ ਆ, ਹੋ ਜਾਓ ਪਰਾਂ, ਕਿਉਂਕਿ ਇਹਨਾਂ ਦਾ ਇਹਨਾਂ ਦੀ ਟੌਰ ਆ, ਇਹਨਾਂ ਦੀ ਮੌਜ ਆ, ਲੈ ਪਚਾਲੇ ਹੋਇਆ ਖੜਾ ਗਾ ਜਿਵੇਂ ਰੀਬਨ ਕੱਟਣਾ ਹੁੰਦਾ ਗਾ। ਤੇ ਲਓ ਵੀ ਫਿਰ ਚੱਲ ਕੇ ਸਾਰਿਆਂ ਨੂੰ ਮਿਲਦੇ ਗਏ, ਉਹਦੀਆਂ ਗੱਲਾਂ ਬਾਤਾਂ ਕਰਦੇ ਹਾਂ, ਤੇ ਜੇ ਕੁਛ ਹੋਇਆ ਦਿਖਾਉਣ ਯੋਗ ਲਾਇਕ ਜਾਂ ਗੱਲਾਂ ਬਾਤਾਂ ਕਰਦੇ, ਕਿਉਂਕਿ ਮੈਂ ਇੱਥੇ ਜਾ ਕੇ ਹਜੇ ਹੌਲੀ ਹੌਲੀ ਖੁੱਲਦੇ ਹਾਂ, ਜੇ ਆਪਾਂ ਉਨਾ ਖੁੱਲੇ ਨਹੀਂ ਗਏ। ਹਾਂ, ਖੂਨਣ ਤਾਂ ਆਪਾਂ ਫੇਰ ਵੀ ਉਨਾ ਵਲੌਗ ਬਣਾ ਲਈਦਾ ਗਾ, ਇੱਥੇ ਆਪਾਂ ਘੱਟ ਬਣਾਈਦਾ ਗਾ। ਸੋ ਚੱਲਦੇ ਹਾਂ ਸਾਰਿਆਂ ਨੂੰ ਮਿਲਦੇ ਗਿਲਦੇ ਹਾਂ। ਦਵਿੰਦਰ ਦੀ ਅੰਦਰਲੀ ਜਿਹੜੀ ਖੁਸ਼ੀ ਆ ਉਹ ਸਾਂਭੀ ਨਹੀਂ ਜਾ ਰਹੀ, ਦਵਿੰਦਰ ਦਾ ਦੰਦ ਮੇਚਦੇ ਹੀ ਨਹੀਂ ਗਾ ਜਮਾਂ ਹੀ ਕੁੜੀ ਦੇ। ਚੱਲ ਫਿਰ ਆਪਾਂ ਅੰਦਰ ਹੀ ਲਾ ਦਿੰਦੇ ਹਾਂ, ਬੈਗ ਵਾਲੇ ਇਕੱਠੇ ਕਰੀ ਫਿਰਦਾ ਤੂੰ, ਵੇ ਰਹਿੰਦਾ ਇੱਕ ਅੱਧਾ ਕੀ ਹੈ, ਬਸ 23 ਕਿਲੋ ਦੇ ਦਿੰਦੇ ਆ ਕਿ 21 ਕਿਲੋ ਦਿੰਦੇ ਆ? ਹਾਂ, ਤੇ ਆਹ ਕਿੰਨਾ? ਹਾਂ, ਤੇ ਹੈਂਡ ਬੈਗ ਆ ਆ, ਮੈਨੂੰ ਆਪਦਾ ਵੇਟ ਕਰਨ ਲੱਗੀ, ਮੈਨੂੰ ਤੇਰਾ ਤਾਂ ਯਾਰ ਥੋੜਾ ਹੀ ਆ, ਤੇਰਾ ਤਾਂ ਯਾਰ ਥੋੜਾ ਹੀ ਆ, ਮੇਰਾ ਪਤਾ ਨੀ ਕਾਹਤੋਂ ਹੋਇਆ। ਹੁਣ ਇਰਵਨ ਦੀ ਵਾਰੀ ਆ ਗਈ, ਇਹਦਾ ਵੇਟ ਦੇਖਦੇ ਹਾਂ ਕਿੰਨਾ। ਤੂੰ ਤਾਂ 100 ਤੇ ਪਹੁੰਚਿਆ ਖੜਾ ਇਰਵਨ, ਹੁਣ ਸੁਖਮਨ ਨੂੰ, ਸੁਖਮਨ ਦੀ ਵਾਰੀ ਆ ਗਈ।
ਇਧਰ ਆ ਗਏ ਕੈਨੇਡਾ ਵਾਲੇ ਬੰਦੇ, ਇਹਨਾਂ ਦਾ ਦੇਖਦੇ ਹੁਣ ਕੈਨੇਡਾ ਵਾਲਿਆਂ ਦਾ ਸੁਖਮਣ ਕਿਤੇ ਜਹਾਜ਼ ਦੇ ਟਾਇਰ ਟੂਰ ਹੀ ਨਾ ਬਿਠਾ ਦੀ ਟਾਇਰ ਹੁੰਦੇ ਨਹੀਂ ਜਹਾਜ਼ ਦੇ ਇਧਰ ਸਾਰੇ ਜਾਣੇ ਬੈਠੇ ਆਪਦਾ ਇੰਜੋਏ ਕਰ ਰਹੇ ਆ। 200 ਗ੍ਰਾਮ ਘੱਟ ਗਿਆ ਕੁਇੰਟਲ, ਦਿਲ ਖੁਸ਼ ਦਾ ਦੇਖਦੇ ਹੁਣ ਦਿਲ ਖੁਸ਼ ਦੀ ਵਾਰੀ ਆ। ਘੱਟ ਗਿਆ 5 ਕਿਲੋ ਭਾਰ, ਮੇਰਾ 1 ਕੁਇੰਟਲ 7 ਕਿਲੋ ਸੀਗਾ, ਮੇਰਾ 1 ਕੁਇੰਟਲ 1 ਕਿਲੋ। ਵਧੀਆ ਤੁਹਾਡਾ 31 ਹੋ ਗਿਆ, 2 ਕਿਲੋ ਮੇਰੇ ਤੋਂ 2 ਹੋਇਆ। ਠੀਕ ਆ ਯਾਰ, ਮੇਰਾ ਤੇਰਾ ਕਿੰਨਾ ਸੀ? ਮੇਰਾ 52 ਹੀ ਸੀ। ਅੱਛਾ, ਮੇਰਾ 2 ਕਿਲੋ ਵੀ ਘੱਟ ਗਿਆ। ਇਧਰ ਗੁਰਪ੍ਰੀਤ ਪੈਕਿੰਗ ਕਰ ਰਹੇ ਆ। ਓਏ ਸੁਣਦੀ ਐ ਇਹ ਸੁਖਮਣ ਦੀ, ਤੂੰ ਆਪਣੀ ਤਾਂ ਕੁਣੀ ਨਾ ਮਰੀ, ਉੱਥੇ ਤਾਂ ਸਾਰਾ ਦਿਨ ਸੁੱਤੀ ਰਹਿੰਦੀ, ਕੰਨ ਕਿ ਮੋੜਿਆ ਮੈਨੂੰ। ਸੁਖਮਣ ਦੱਸਦਾ ਆ, ਕਹਿੰਦਾ ਵੀ ਐ ਮੇਰੇ ਕੱਪੜੇ ਪਾਓ ਵਿੱਚ। ਚਲ ਕੋਈ ਨਹੀਂ, ਸਾਡੇ ਕੰਨ ਸਿੱਧਾ ਆ ਗਏ, ਕੋਈ ਕਿ ਕੰਨ ਬਣ ਗਿਆ ਵਜਣ। ਲੋ ਹੋਰ ਜਿਵੇਂ ਜਾ ਰਹੇ ਨੇ ਕੰਨ ਪੀ ਕੇ ਕੋਈ ਮਰ ਗਏ ਨਾ। ਓਏ ਹਾਂ ਬੰਦੇ ਹੈਪੀ ਕਿਵੇਂ ਜਿਹੜੀ ਗੱਲ ਹੋ। ਕਹਿੰਦਾ ਸੁਖ ਇਰਵਨ ਦੀ ਸੁਣ ਲਓ, ਕਹਿੰਦਾ ਲਫਾਫੇ ਨਹੀਂ ਬੰਨੇ ਉਹਦੇ, ਬੰਨਦੇ ਨਹੀਂ ਉਹਦੇ ਪੱਟੀ ਨਹੀਂ ਬੰਨੀ ਨਹੀਂ ਨਾ ਉਹਦੇ ਕੰਨ ਡਿੱਡੇ ਜਾਂਦੇ। ਓਏ ਯਾਰ ਪੱਟੀ ਨਹੀਂ ਬੰਨਦੇ, ਮਾਸੀ ਫਾੜ ਜੀ ਨਹੀਂ ਕਿਤੇ ਮਾਲ, ਉਹ ਤਾਂ ਬਾਈ ਗੁਲਟਰਾਈ ਹੈ ਉਹ। ਹੋਰ ਸੁਣ।